ਸੂਬੇ ਦੇ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਜਿੱਥੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰ ਰਿਹਾ ਉੱਥੇ ਹੀ ਆਮ ਲੋਕਾਂ ਨੂੰ ਜਿਉਣ ਦੇ ਵਿੱਚ ਪਰੇਸ਼ਾਨੀਆਂ ਖੜੀਆਂ ਕਰ ਰਿਹਾ। ਅਜਿਹੇ ਦੇ ਵਿੱਚ ਲੁਧਿਆਣਾ ਦੇ ਰਣਜੀਤ ਪਾਰਕ ਦੇ ਵਿੱਚ ਦੋ ਵਪਾਰੀਆਂ ਦੇ ਵਿੱਚ ਆਪਸੀ ਖੂਨੀ ਝੜਪ ਹੋ ਜਾਂਦੀ ਆ ਅਤੇ ਇਹਨਾਂ ਦੋਨਾਂ ਵਪਾਰੀਆਂ ਦੇ ਵੱਲੋਂ ਗੁੱਟਾਂ ਦੇ ਵਿੱਚ ਇੱਕ ਦੂਜੇ 'ਤੇ ਤੇਜ਼ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਹਨ। ਦੱਸਿਆ ਜਾ ਰਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹ ਸਾਰਾ ਪੂਰਾ ਮਾਮਲਾ ਸੀ ਅਤੇ ਜਦੋਂ ਇਸ ਮਾਮਲੇ ਦਾ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੀਤੀ ਜਾਂਦੀ ਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਆ। ਪੁਲਿਸ ਅਧਿਕਾਰੀਆਂ ਦਾ ਇਸ ਵਾਰਦਾਤ ਨੂੰ ਲੈ ਕੇ ਕੀ ਕਹਿਣਾ ਰਿਹਾ ਅਤੇ ਹੋਰਾਂ ਦਾ ਕੀ ਕਹਿਣਾ ਰਿਹਾ, ਆਓ ਸੁਣਦੇ ਹਾਂ। ਜੀ ਹਮ ਯਹਾਂ ਬੈਠੇ ਥੇ ਬਸ ਬਾਹਰ ਸੇ ਆ ਕੇ ਏਕਦਮ ਸੇ ਮਾਰ ਪੇ ਹਮਲਾ ਕਰਾ। ਅੱਛਾ, ਕਿਨ ਲੋਗੋਂ ਮਾਰ ਨੇ ਹਮਲਾ ਪਿਟਾਈ ਕੀਤਾ? ਬਾਹਰ ਸੇ ਤਿੰਨ ਚਾਰ ਬੰਦੇ ਥੇ ਉਨ੍ਹੋਂਨੇ ਹਮਾਰੇ ਪੇ ਬਹੁਤ ਹਮਲਾ ਕਰਾ। ਕੀ ਕਾਰਨ ਹਮਲੇ ਕਾ? ਹਮਾਰੇ ਪੈਸੇ ਥੇ, ਉਨ ਪੇ ਸੇ ਹਮਨੇ ਪੈਸੇ ਲੀਏ। ਤੋ ਕਿਤਨੇ ਲੋਗ? ਉਨ੍ਹੋਂਨੇ ਪੈਸੇ ਨਹੀਂ ਦੀਏ। ਕਿਤਨੇ ਲੋਗ ਥੇ ਜਿਨ੍ਹੋਂਨੇ ਹਮਲਾ ਕੀਤਾ? ਮੈਂ ਚਾਰ ਬੰਦੇ ਥੇ ਜੀ। ਤੋ ਕਿਸ ਚੀਜ਼ ਸੇ ਹਮਲਾ ਕੀਤਾ? ਉਨਕੇ ਹਾਥ ਮੇਂ ਦਾਈਓ ਥੇ ਮੈਨੇ ਪਤਾ ਨਹੀਂ, ਇਹ ਤੋ ਮੈਨੇ ਦੇਖਾ ਨਹੀਂ। ਤੋ ਆਪਕੇ ਵੀ ਛੋਟੇ ਹੈ? ਹਾਂ ਜੀ, ਮੇਰੇ ਯਹਾਂ ਹਮਾਰਾ ਸਿਰ ਮੇਂ ਵੀ ਬਹੁਤ ਚੋਟ ਲੱਗੀ ਹੋਈ ਹੈ। ਤੋ ਕੀ ਮੰਗ ਕਰਦੇ ਹੋ ਪੁਲਿਸ? ਜੀ ਇਨਸਾਫ ਚਾਹੀਏ। ਹੋਰ ਅਫਤੇ ਬੇ ਠੀਕ ਹੈ ਆਪਕੀ? ਮੇਰੀ ਬੇਟੀ ਕੋ ਮਾਰਾ ਉਹਨਾਂ ਨੇ। ਅਫਤੇ ਬੇ ਠੀਕ ਹੈ ਆਪਕੀ? ਜੀ ਹਾਂ, ਅਬ ਤੋ ਹੈ ਕੁਛ ਆਰਾਮ ਸੇ। ਅਗਰ ਇਹ ਦੋਨੇ ਪਰਿਵਾਰ ਵਪਾਰੀ ਨੇ ਦੋਨੇ ਪਰਿਵਾਰ ਜੀ, ਅਤੇ ਇੱਕ ਪਾਸੇ ਹੈਗਾ ਮੁਹੰਮਦ ਖਲਾਕ ਅਤੇ ਦੂਸਰੇ ਪਾਸੇ ਹੈਗੇ ਨੇ ਅਨਿਲ, ਅਤੇ ਦੋਨਾਂ ਦਾ ਆਪਸ ਪਾਰਟੀਆਂ ਦਾ ਪੈਸੇ ਦਾ ਲੈਣ ਦੇਣ ਸੀਗਾ, ਅਤੇ ਉਹਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਦੀ ਕਹਾ ਸੁਣੀ ਜੀ, ਹਾਂ ਵੀ ਆਪਸ ਵਿੱਚ ਪੈਸੇ ਦਾ ਲੈਣ ਦੇਣ ਨੂੰ, ਅਤੇ ਬਾਕੀ ਦੋਨੇ ਪਾਰਟੀਆਂ ਬੈਠੀਆਂ ਨੇ, ਪੰਚਾਇਤਾਂ ਆਈਆਂ ਹੋਈਆਂ ਨੇ, ਅਤੇ ਜੋ ਵੀ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਕੀਤੀ ਜਾ ਰਹੀ। ਇੱਟਾਂ ਮਾਰ ਕੇ ਅਤੇ ਹਥਿਆਰ ਵਗੈਰਾ ਹਮਲਾ ਕੀਤਾ ਗਿਆ, ਘਰ ਦੇ ਇਹਨਾਂ ਦੇ ਜ਼ਖਮੀ ਵੀ ਹਨ ਜੀ ਹੋਸਪਿਟਲ ਦੇ ਵਿੱਚ। ਦੇਖੋ ਸੱਟ ਤਾਂ ਲੱਗੀ ਆ, ਬਾਕੀ ਹਥਿਆਰਾਂ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ, ਅਤੇ ਉੱਥੇ ਇੱਟਾਂ ਰੋੜੇ ਥੋੜ੍ਹੀ ਜਿਹੀ ਇਲਾਕੇ ਦੇ ਲੋਕ ਦਹਿਸ਼ਤ ਫੈਲੀ ਇਲਾਕੇ ਦੇ ਵਿੱਚ। ਬਾਕੀ ਠੀਕ ਹੈ ਜੀ, ਮੌਕੇ 'ਤੇ ਸਾਡੀ ਪੁਲਿਸ ਪਾਰਟੀ ਵੀ ਜਾਇਆ ਸੀਗੇ, ਸਾਰੇ ਜਾਇਆ ਸੀਗੇ, ਅਤੇ CCTV ਅਸੀਂ ਚੈੱਕ ਕਰ ਰਹੇ ਹਾਂ, ਅਤੇ ਬਾਕੀ ਪੰਚਾਇਤਾਂ ਆਈਆਂ ਸਟੇਟਮੈਂਟ ਲੈ ਕੇ ਜੋ ਵੀ ਕਾਰਵਾਈ ਹੋਗੀ ਕਾਨੂੰਨੀ ਕਾਰਵਾਈ ਕੀਤੀ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।